ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਸ਼ਕੁੰਤਲਾ ਉਸ ਵਿੱਚੋਂ ਆਪ ਜੀ ਨੂੰ ਕੁਝ ਅੰਸ਼ ਪੜ੍ਹ ਕੇ ਸੁਣਾ ਰਹੇ ਹਾਂ ਜੀ ਸਿੱਖੀ ਧਰਮ ਸਿੱਖੀ ਧਰਮ ਤਾਂ ਕੋਈ ਜਜ਼ਾ ਸਜ਼ਾ ਦਾ ਧਰਮ ਨਹੀਂ ਕੇਵਲ ਸਿਮਰਨ ਜੀਵਨ ਦੀ ਸੋਣਪ ਨੂੰ ਆਪਣੇ ਰੂਹ ਅੰਦਰ ਪ੍ਰਗਟ ਕਰਨ ਵਾਲੇ ਆੜ ਦਾ ਨਾਮ ਹੈ ਆਪਣੀ ਜੀਵ ਵਿੱਚ ਗੁਰੂ ਨਾਨਕ ਜੀ ਦੀ ਮੂਰਤੀ ਉਕਰਨ ਦਾ ਨਾਮ ਸਿੱਖੀ ਹਾਂਜੀ ਆਪਣੇ ਜੀਵ ਵਿੱਚ ਗੁਰੂ ਨਾਨਕ ਜੀ ਦੀ ਮੂਰਤ ਉਕਰਣ ਦਾ ਨਾਮ ਸਿੱਖੀ ਹੈ ਤੇ ਇਸ ਹੁਨਰ ਦਾ ਨਾਮ ਸਿਮਰਨ ਹੈ ਪਰ ਸਿੱਖੀ ਨੂੰ ਅਨੁਭਵ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਨ ਲਈ ਸਤਗੁਰਾਂ ਨੂੰ ਇਹਨਾਂ ਨੈਣਾਂ ਨਾਲ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਨੂੰ ਮਨੁੱਖਾ ਦੇਹੀ ਦੇ ਮੰਦਰ ਵਿੱਚ ਵਸਾਉਣ ਲਈ ਤੇ ਸਹਿਜ ਪਦ ਦੀ ਜੀਵਨ ਮੁਕਤੀ ਦੇ ਸੁੱਖ ਨੂੰ ਪ੍ਰਾਪਤ ਕਰਨ ਲਈ ਹਾਂਜੀ ਰੱਬ ਦੀ ਹਜ਼ੂਰੀ ਦੀ ਸੁਗੰਧੀ ਨੂੰ ਸੁੰਘਣ ਲਈ ਤੇ ਰੱਬ ਨੂੰ ਸੁੰਘ ਕੇ ਪਛਾਣ ਦੀ ਤਬੀਅਤ ਵਿੱਚ ਕੋਮਲਤਾ ਪੈਦਾ ਕਰਨ ਲਈ ਕਲਗੀ ਵਾਲੇ ਤੋਂ ਵਾਰੇ-ਵਾਰੇ ਜਾਣ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਜ਼ ਦੇ ਅਨੰਦ ਪ੍ਰਕਾਸ਼, ਅਨੰਤ ਰਸ, ਅਨੰਤ ਰਾਗ, ਅਨੰਤ ਸੁਗੰਧੀ, ਅਨੰਤ ਖੇਲਣ, ਅਨੰਤ ਫਲਣ, ਅਨੰਤ ਰੀਜਣ, ਅਨੰਤ ਰਸਣ ਦੇ ਖੁੱਲੇ ਗਗਨ ਨੂੰ ਆਪਣਨ ਹਾਂਜੀ ਉਹਨਾਂ ਅੰਮ੍ਰਿਤ ਦੇ ਮੇਘਾਂ ਨੂੰ ਜੋ ਸਾਈਂ ਜੀ ਦੇ ਸ਼ਬਦ-ਸ਼ਬਦ ਵਿੱਚ ਛੇ ਬਰ ਲਾਣ ਨੂੰ ਖੜੇ ਹਨ ਉਹਨਾਂ ਤੱਕ ਉੱਡਣ ਲਈ ਤੇ ਉਹਨਾਂ ਮੇਗਾ ਨੂੰ ਆਪਣੇ ਰੂਹ ਵਿੱਚ ਧਾਰਨ ਕਰਕੇ ਪ੍ਰੇਮ ਅਥਰੂ ਆਂਦੀ ਛੇਬਰ ਲਾਣ ਲਈ ਹਾਂਜੀ ਨਾਮ ਰਸਤੇ ਸਤਗੁਰ ਪਿਆਰ ਦੀ ਅਖੰਡ ਕੀਰਤਨ ਲਾਣ ਲਈ ਰੱਬ ਨੂੰ ਆਪਣੇ ਅੰਦਰ ਆਪਣਾ ਰੱਬ ਕਰਕੇ ਦਿਲ ਦੇ ਕੇਵਲ সিংহাসਨ ਤੇ ਬਿਨਾ ਮਨੁੱਖਾ ਦੇਹੀ ਨੂੰ ਧਰਮ ਸਾਲ ਬਣਾਉਣ ਲਈ ਹਾਂਜੀ ਆਪਣੇ ਰੱਬ ਸਤਗੁਰੂ ਨੂੰ ਪੂਜਾ ਕਰਨ ਲਈ ਧੂਪ ਦੀਪ ਆਰਤੀ ਗਗਨ ਮੈਂ ਥਾਲ ਰੋ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭੌਖੰਡਨਾ ਤੇਰੀ ਆਰਤੀ ਅਨਹਦਾ ਸ਼ਬਦ ਵਾਜੰਤ ਪੇਰੀ ਰਹਾਉ ਸਹਸ ਤਉ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤ ਨਨ ਇਕ ਤੋਹੀ ਸਹਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਪਿਤ ਮਨੋ ਅਨ ਦਿਨੋ ਮੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਹਾਂਜੀ ਧੂਪ ਦੀਪ ਆਰਤੀ ਕਰਨ ਲਈ ਦਮ ਬਦਮ ਆਪਣੇ ਮਿਹਰਾਂ ਭਰੇ ਬਾਬਾ ਜੀ ਨੂੰ ਯਾਦ ਰੱਖਣ ਤੇ ਸਿਮਰਨ ਜੀਵਨ ਵਿੱਚ ਪਰਪੱਖ ਸਿੱਧਕ ਨਾਲ ਸਭ ਮੁਸੀਬਤਾਂ ਵਿੱਚ ਜਾਤੀ ਰੂਪ ਵਿੱਚ ਖੜਾ ਰਹਿਣ ਲਈ ਜਾਤੀ ਰੂਪ ਵਿੱਚ ਸਿਮਰਨ ਸੋਣਪ ਦਾ ਨਜ਼ਾਰਾ ਬਣਨ ਲਈ ਜਾਤੀ ਰੂਪ ਖਾਲਸਾ ਰੂਪ ਹੋ ਸਤਨਾਮ ਦੇ ਬਿਜਲੀ ਲਿਸ਼ਕਾਰੇ ਆਪਣੇ ਨੈਣ ਕਪੋਲਾ ਵਾਕਾਂ ਵਿੱਚ ਧਾਰਨ ਕਰਨ ਲਈ ਗੁਰਮੁਖ ਸੰਤ ਜੀਵਨ ਜਾਤੀ ਰੂਪ ਵਿੱਚ ਉਗਾਣ ਲਈ ਤੇ ਇਸ ਮਾਤ ਲੋਕ ਵਿੱਚ ਨਾਨਕ ਨਿਰੰਕਾਰੀ ਦੇ ਇਲਾਹੀ ਝੰਡੇ ਹੀਠ ਬੈਠ ਕੁੱਲ ਜਗਤ ਦੀਆਂ ਕੌਮਾਂ ਨੂੰ ਜੀਵਨ ਪਦਵੀ ਦੇ ਸੁਖ ਰਬ ਦੀ ਹਜ਼ੂਰੀ ਦੀ ਸੁਗੰਧੀ ਪਹੁੰਚਾਉਣ ਲਈ ਸਿਮਰਨ ਸੁਣਪਦੀਆਂ ਜੀਉਂਦੀਆਂ ਜਾਗਦੀਆਂ ਖਾਂਦੀਆਂ ਪੀਂਦੀਆਂ ਗੱਲਾਂ ਕਰਦੀਆਂ ਚਿੱਤਰ ਬਣਾ ਨਾਨਕ ਆੜਦਾ ਦੀਦਾਰ ਕਰਾਉਣ ਲਈ ਤੇ ਸਭ ਕੌਮਾਂ થી ਉੱਚੀ ਪਦਵੀ ਜਾਤੀ ਰੂਪ ਵਿੱਚ ਪ੍ਰਾਪਤ ਕਰਨ ਲਈ ਤੇ ਸਭ ਜਗਤ ਨੂੰ ਤੇ ਉਹਦੀਆਂ ਕੌਮਾਂ ਨੂੰ ਆਪਣਾ ਬਾਲਕਾ ਰੂਪ ਕਰ ਰਹਾ ਪਾਉਣ ਲਈ ਜ਼ਰੂਰੀ ਹੈ ਕਿ ਸਿੱਖ ਜਾਤੀ ਵਿੱਚ ਖਾਲਸਾ ਕੌਮ ਵਿੱਚ ਜਿਸ ਵਿੱਚ ਕਲਗੀ ਵਾਲੇ ਨੇ ਸਿਮਰਨ ਸੋਣਪ ਦਾ ਨੰਦਨ ਬਾਗ ਲਾਇਆ ਹੈ ਸਾਧਾਰਨ ਜੀਵਨ ਕਾਰਣਾ ਕੰਜੂਸਾਂ ਵਿਸ਼ੇ ਲੰਪਟ ਗਵਾਰਾਂ ਵਾਲਾ ਕਦੀ ਨਾ ਹੋਵੇ ਹਾਂਜੀ ਤੇ ਸਭ ਕੌਮਾਂ થી ਉੱਚੀ ਪਦਵੀ ਜਾਤੀ ਰੂਪ ਵਿੱਚ ਪ੍ਰਾਪਤ ਕਰਨ ਲਈ ਤੇ ਸਭ ਜਗਤ ਨੂੰ ਤੇ ਉਹਦੀਆਂ ਕੌਮਾਂ ਨੂੰ ਆਪਣਾ ਬਾਲਕਾ ਰੂਪ ਕਰ راہ ਪਾਉਣ ਲਈ ਜ਼ਰੂਰੀ ਹੈ ਕਿ ਸਿੱਖ ਜਾਤੀ ਵਿੱਚ ਖਾਲਸਾ ਕੌਮ ਵਿੱਚ ਜਿਸ ਵਿੱਚ ਕਲਗੀ ਵਾਲੇ ਨੇ ਸਿਮਰਨ ਸੋਣਬਦਨ ਨੰਦਨ ਬਾਗ ਲਾਇਆ ਹੈ ਸਧਾਰਨ ਜੀਵਨ ਕਾਰਣਾ ਕੰਜੂਸਾਂ ਵਿਸ਼ੇ ਲੰਪਟ ਗਵਾਰਾਂ ਵਾਲਾ ਕਦੀ ਨਾ ਹੋਵੇ ਸਧਾਰਨ ਜੀਵਨ ਆੜ ਜੀਵਨ ਹੋਵੇ ਸਾਡੀਆਂ ਡੇਵਡੀਆਂ ਉੱਤੇ ਕੋਈ ਕੰਗਾਲ ਪਹਿਰੇਦਾਰ ਨਾ ਹੋਵੇ ਦੁਨੀਆ ਦੇ ਉੱਚੇ ਆਰਟ ਆਦਰਸ਼ ਤੇ ਆਰਟ ਪੂਰਨਤਾ ਤੇ ਮਨੁੱਖੀ ਚਿੱਤਰ ਦੇ ਉੱਚੀ ਥੀ ਉੱਚੀ ਨਿਰਮਲ ਸੋਣਬ ਦੀਆਂ ਮੂਰਤਾਂ ਖੜੀਆਂ ਹੋਣ ਅਸੀਂ ਆਪਣੇ ਸਤਿਗੁਰੂ ਦੀਆਂ ਮੂਰਤਾਂ ਕਿਦਰੇ ਨਾਲ ਲਟਕਾਈਏ ਨਾ ਬਣਾਈਏ ਨਾ ਪੱਥਰ ਕੜੀਏ ਨਾ ਕਾਗਜ਼ ਚਿੱਤਰੀਏ ਪਰ ਸਿਮਰਨ ਸੋਣਬ ਦੇ ਰਸ ਗੁਰਮੁਖ ਬੀਬੀਆਂ ਤੇ ਬੀਬੀਆਂ ਦੇ ਸੋਹਣੇ ਰਾਗ ਸੋਹਣੀ ਕਵਿਤਾ ਸੋਹਣੀ ਚਿੱਤਰਕਾਰੀ ਸੋਹਣੇ ਸਾਇਤੇ ਦੁਆਰਾ ਆਪਣੇ ਵਤਨ ਦੇ ਰਾਹਾਂ ਉੱਪਰ ਨਿਰਮਲ ਚਿੱਤ ਆਕਾਸ਼ ਵਿੱਚ ਲਟਕਾਈਏ ਹਰ ਤਰ੍ਹਾਂ ਦੀ ਆਰਟਿਸਟਿਕ ਪੂਰਨਤਾ ਨੂੰ ਪ੍ਰਾਪਤ ਕਰਨਾ ਸਾਡਾ ਮਨੁੱਖੀ ਧਰਮ ਹੈ ਸਾਡਾ ਗ੍ਰਹਿ ਧਰਮ ਹੈ ਜਿਵੇਂ ਅਸੀਂ ਗ੍ਰਹਿ ਰਹਿਣ ਨੂੰ ਬਣਾਉਂਦੇ ਹਾਂ ਕਮਰੇ ਸਜਾਉਂਦੇ ਹਾਂ ਹੋਰ ਵਿਵਹਾਰ ਕਰਦੇ ਹਾਂ ਇਵੇਂ ਹਰ ਇੱਕ ਸਿੱਖ ਮਾਤਰ ਦਾ ਧਰਮ ਹੋਣਾ ਚਾਹੀਏ ਜੋ ਹੋਰ ਫालतू ਗੱਲਾਂ ਛੱਡ ਕੇ ਆਪਣੀ ਜਾਤੀ ਦੇ ਰਹਿਣ ਦੀ ਧਰਤੀ ਇਹੋ ਜਿਹੀ ਸੋਹਣੀ ਬਣਾਵੇ ਕਿ ਦੁਨੀਆ ਦੇ ਵੱਡੇ ਵੱਡੇ ਆਰਟ ਰਸਕ ਸੁਹਣਪ ਦિવ्य ਸੁਹਣਪ ਦੇ ਜਾਣੂ ਆਣ ਕੇ ਯਾਤਰਾ ਕਰਿਆ ਕਰਨ ਤੇ ਸਿੱਖ ਦੇ ਬਾਹਰਲੇ ਗ੍ਰਹਿ ਜੀਵਨ ਨੂੰ ਦੇਖ ਦੇਖ ਮੋਇਤ ਹੋਇਆ ਕਰਨ ਫਿਰ ਦੋ ਰਾਤ ਦੀ ਜਿਵੇਂ ਅਸੀਂ ਗ੍ਰਹਿ ਰਹਿਣ ਨੂੰ ਬਣਾਉਂਦੇ ਹਾਂ ਕਮਰੇ ਸਜਾਉਂਦੇ ਹਾਂ ਹੋਰ ਵਿਵਹਾਰ ਕਰਦੇ ਹਾਂ ਇਵੇਂ ਹਰ ਇੱਕ ਸਿੱਖ ਮਾਤਰ ਦਾ ਧਰਮ ਹੋਣਾ ਚਾਹੀਏ ਜੋ ਹੋਰ ਫालतू ਗੱਲਾਂ ਛੱਡ ਕੇ ਆਪਣੀ ਜਾਤੀ ਦੇ ਰਹਿਣ ਦੀ ਧਰਤੀ ਇਹੋ ਜੀ ਸੋਹਣੀ ਬਣਾਵੇ ਕਿ ਦੁਨੀਆ ਦੇ ਵੱਡੇ ਵੱਡੇ ਆਰਟ ਰਸਕ ਸੋਨਪ ਦਿਵੇ ਸੋਨਪ ਦੇ ਜਾਣੂ ਆਣ ਕੇ ਯਾਤਰਾ ਕਰਿਆ ਕਰਨ ਤੇ ਸਿੱਖ ਦੇ ਬਾਹਰਲੇ ਗ੍ਰਹਿ ਜੀਵਨ ਨੂੰ ਦੇਖ ਦੇਖ ਮੋਹਤ ਹੋਇਆ ਕਰਨ ਸਾਡੇ ਵਿੱਚ ਤਰਕਾਰੀ ਹੋਵੇ ਪੱਥਰ ਮੂਰਤੀ ਕਾਣਨ ਦਾ ਹੁਨਰ ਹੋਵੇ ਸਾਡੇ ਵਿੱਚ ਭਗਤ ਦੀ ਆਨੰਦ ਪਰਵਾਵਾਂ ਵਾਲੀ ਕੋਮਲਤਾ ਹੋਵੇ ਸਾਡੇ ਅੰਦਰ ਸਮਸਤੀ ਦੀ ਧਾਰੇ ਵਿੱਚ ਹਰ ਹਾਲ ਵਿੱਚ ਮਸਤ ਸੁਰਤ ਹੋਵੇ ਸਾਡੀ ਧਰਤੀ ਮਲ ਕੇ ਸਾਡਾ ਦਿਲ ਹੋਵੇ ਤੇ ਅਸੀਂ ਜਿਉਂਦੇ ਕਲਗਿਆਂ ਵਾਲੇ ਦਿਨ ਹਾਰ ਵਾਲੇ ਹੋਈਏ ਸਾਡੇ ਵਿੱਚ ਅਨੰਤ ਰੰਗ ਦਾ ਜੀਵਨ ਖੁਸ਼ੀ ਹੋਵੇ ਜੀਵਨ ਰਸ ਹੋਵੇ ਜੀਵਨ ਬਲ ਹੋਵੇ ਅਨੰਤ ਰੰਗਾਂ ਦੇ ਜੀਵਨ ਫਲ ਹੋਣ ਸਾਡੇ ਵਿੱਚ ਚਿੱਤਰਕਾਰੀ ਹੋਵੇ ਪੱਥਰ ਮੂਰਤੀ ਘੜਨ ਦਾ ਹੁਨਰ ਹੋਵੇ ਸਾਡੇ ਵਿੱਚ ਭਗਤ ਦੀ ਅਨੰਤ ਪ੍ਰਭਾਵਾਂ ਵਾਲੀ ਕੋਮਲਤਾ ਹੋਵੇ ਸਾਡੇ ਅੰਦਰ ਸਮਸਤੀ ਦੀ ਦਾਰੇ ਵਿੱਚ ਹਰ ਹਾਲ ਵਿੱਚ ਮਸਤ ਸੁਰਤ ਹੋਵੇ ਸਾਡੀ ਧਰਤੀ ਮਲ ਕੇ ਸਾਡਾ ਦਿਲ ਹੋਵੇ ਤੇ ਅਸੀਂ ਜਿਉਂਦੇ ਕਲਗੀ ਵਾਲੇ ਦੀ ਨਿਹਾਰ ਵਾਲੇ ਹੋਈ ਸਾਡੇ ਵਿੱਚ ਅਨੰਤ ਰੰਗ ਦਾ ਜੀਵਨ ਖੁਸ਼ੀ ਹੋਵੇ ਜੀਵਨ ਰਸ ਹੋਵੇ ਜੀਵਨ ਬਲ ਹੋਵੇ ਅਨੰਤ ਰੰਗਾਂ ਦੇ ਜੀਵਨ ਫਲ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ